ਸਤਿ ਸ਼੍ਰੀ ਅਕਾਲ, ਮੈਂ ਹਾਂ ਮਨਪ੍ਰੀਤ ਗੋਨੀ। ਤੁਹਾਡੇ ਸਾਹਮਣੇ ਪੰਜਾਬ 'ਚ ਵੱਧ ਰਹੇ ਨਸ਼ੇ 'ਤੇ ਕੁਛ ਕੇ ਆਪਣੇ ਵਿਚਾਰ ਰੱਖਣਾ ਚਾਹੁੰਦਾ ਹਾਂ। ਪੰਜਾਬ 'ਚ ਵੱਧ ਰਹੇ ਡਰੱਗ ਅਬਿਊਸ ਨੂੰ ਦੇਖ ਕੇ ਹਰ ਇੱਕ ਨਾਗਰਿਕ ਵਾਂਗੂ ਮੇਰਾ ਦਿਲ ਵੀ ਸਹਿਮ ਜਾਂਦਾ ਹੈ। ਜਿਸ ਯੂਥ ਨੂੰ ਕੱਲ੍ਹ ਨੂੰ ਦੇਸ਼ ਚਲਾਉਣਾ ਹੈ, ਕਾਰੋਬਾਰ ਅਤੇ ਸਾਡਾ ਸਮਾਜ ਸੰਭਾਲਣਾ ਹੈ, ਉਹ ਇਸ ਨਸ਼ੇ ਦੇ ਗੰਦੇ ਦਲਦਲ ਵਿੱਚ ਫਸਦਾ ਜਾ ਰਿਹਾ ਹੈ। ਅਤੇ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਉਹਨਾਂ ਨੌਜਵਾਨਾਂ ਨੂੰ ਪਿਆਰ ਨਾਲ ਸਮਝਾਈਏ ਅਤੇ ਉਹਨਾਂ ਨੂੰ ਡਰੱਗਸ ਦੇ ਰਿਜ਼ਲਟ ਜੋ ਕਿ ਮੌਤ 'ਤੇ ਮੁੱਕਦਾ ਹੈ ਦੱਸੀਏ। ਅਤੇ ਇਸ ਸਾਲ 72ਵੇਂ ਇੰਡੀਪੈਂਡੈਂਸ ਡੇ 'ਤੇ ਮੌਕੇ 'ਤੇ ਮੈਂ ਗੁਰਕੀਰਤ ਮਾਨ, ਯੁਵਰਾਜ ਸਿੰਘ, ਹਰਭਜਨ ਸਿੰਘ ਅਤੇ ਵਰਿੰਦਰ ਸਰਾਂ ਸਹੁੰ ਚੁੱਕਦੇ ਹਾਂ ਕਿ ਸਾਡਾ ਦੇਸ਼ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਲਈਏ, ਵੱਧ ਤੋਂ ਵੱਧ ਯੋਗਦਾਨ ਦੇਵਾਂਗੇ। ਅਖੀਰ ਵਿੱਚ ਮੈਂ ਇਹ ਵੀਡੀਓ ਦੇਖ ਰਹੇ ਸਭ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਹਾਂ, ਨਸ਼ੇ ਖਰੀਦਣ ਲਈ ਸਿਰਫ ਤੁਹਾਡੇ ਪੈਸੇ ਨਹੀਂ, ਬਾਕੀ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੀ ਜ਼ਿੰਦਗੀ ਵੀ ਵਿਕ ਜਾਂਦੀ ਹੈ। ਜੈ ਹਿੰਦ।